मोदी सरकार जिंदाबाद, मोदी सरकार जिंदाबाद, मोदी सरकार जिंदाबाद, कानून वापस लो, नो फूड, नो फार्मर, नो फूड, वापस करो, वापस करो, वापस करो, आजो, वापस करो, कल पाओ चलो 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 यार जाना वा लाओ जी लाओ लाओ जी लाओ काले कानून वापस लो, काले नो फूड, नो फार्मर, नो फूड, नो फार्मर, नो फूड, नो फार्मर, नो फूड, नो फार्मर, नो फूड, मोदी सरकार, मोदी सरकार, वापस लो, काले कानून वापस लो, काले कानून वापस लो, काले कानून, काले कानून वापस लो, काले कानून वापस लो, खतरा किनू बुझे ना किसान एकता ला दो ये नो फार्मर नो फार्मर नो फार्मर नो फूड ओ ठोकती है ने ओ ठोकती है ओ ठोक मुर्दाबाद भाई ना हाथ ले चले भाई ओ ले बैठ जी किसान मजदूर एकता किसान मजदूर एकता मोदी सरकार ਹਾਂਜੀ ਕੀ ਨਾਮ ਹੈ ਤੁਹਾਡਾ ਜੀ ਗੁਰਜੀਤ ਕੌਰ ਕੀ ਕਹਿਣਾ ਚਾਹੋਗੇ ਅੱਜ ਜੋ ਮਾਰਚ ਕੱਢਿਆ ਗਿਆ ਕੈਂਡਰ ਮਾਰਚ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਨੂੰ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਆ ਜੇ ਅਸੀਂ ਦਿੱਲੀ ਬਾਰਡਰ ਤੇ ਆਪ ਨਹੀਂ ਜਾ ਸਕੇ ਤੇ ਅਸੀਂ ਕਿੱਥੇ ਉਹਨਾਂ ਦਾ ਸਮਰਥਨ ਕਰਦੇ ਆ ਉਸ ਚੱਕਰ ਵਿੱਚ ਅਸੀਂ ਇੱਥੇ ਕੈਂਡਲ ਮਾਰਚ ਕਰਨ ਆਏ ਆ ਤੇ ਰੋਸ ਪ੍ਰਦਰਸ਼ਨ ਕਰਨ ਆਏ ਆ ਕੀ ਮੰਗ ਕਰਦੇ ਹੋ ਅਸੀਂ ਕਹਿੰਦੇ ਹਾਂ ਕਿ ਸਰਕਾਰ ਕਾਲੇ ਕਾਨੂੰਨ ਵਾਪਸ ਲਏ ਜਿਹੜੇ ਫਾਰਮਰ ਉੱਥੇ ਬੈਠੇ ਉਹਨਾਂ ਨਾਲ ਇਨਸਾਫ ਹੋਏ ਤੇ ਉਹਨਾਂ ਦੇ ਅੱਗੋਂ ਲਾਈਫ ਜਿਹੜੀ ਹੈ ਚੰਗੀ ਤਰ੍ਹਾਂ ਨਿਕਲ ਸਕੇ ਜੀ ਕੀ ਨਾਮ ਹੈ ਤੁਹਾਡਾ ਜੀ ਮੋਦ ਉੱਪਰ ਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਕੈਂਡਰ ਮਾਰਚ ਕਰਾਇਆ ਜਾਂਦਾ ਹੈ ਜੀ ਮੋਦੀ ਸਰਕਾਰ ਹੈ ਜਿਹੜੇ ਕਿਸਾਨਾਂ ਦੇ ਵਿਰੁੱਧ ਕਾਨੂੰਨ ਲਿਆਈ ਹੈ ਉਹ ਵਾਪਸ ਦਿੱਤੇ ਜਾਣ ਜਿਹੜੇ ਕਿਸਾਨ ਭਰਾ ਸਾਡੇ ਉੱਥੇ ਬੈਠੇ ਧਰਨੇ ਤੇ ਇੰਨੇ ਮਹੀਨਿਆਂ ਤੋਂ ਬੈਠੇ ਨੇ
ਉਹਨਾਂ ਦੀ ਮੰਗਾਂ ਮੰਨੀਆਂ ਜਾਣ ਜਿਹੜੀ ਇੱਕ ਜਾਇਜ਼ ਹੈ ਇਹ ਤਾਨਾਸ਼ਾਹੀ ਹੈ ਦੂਰ ਹੋਵੇ ਇਹ ਦੇਸ਼ ਤਾਨਾਸ਼ਾਹੀ ਨਹੀਂ ਡੈਮੋਕ੍ਰੇਸੀ ਨਾਲ ਚੱਲਣਾ ਚਾਹੀਦਾ ਸਾਰਿਆਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਗੁਰਕਰਨ ਸਿੰਘ ਸਚਦੇਵਾ ਜੀ ਹਾਂਜੀ ਅੱਜ ਕੀ ਕੀਤਾ ਜੀ ਤੁਸੀਂ ਦੱਸੋ ਅੱਜ ਜੀ ਅਸੀਂ ਰੋਸ ਪ੍ਰਗਟ ਕਰ ਰਹੇ ਹਾਂ ਜਿਹੜਾ ਦਿਨ ਜਿਹੜਾ ਸਾਲ ਅਖੀਰ ਸਾਲ ਦਾ ਅਖੀਰਲਾ ਦਿਨ ਤੇ ਨਵੇਂ ਚੜ੍ਹਦੇ ਸਾਲ ਨੂੰ ਮਨਾਉਣ ਦਾ ਦਿਨ ਅਸੀਂ ਉਹਦਾ ਰੋਸ ਪ੍ਰਗਟ ਕਰਦੇ ਹਾਂ ਕਿ ਜਿਹੜੇ ਸਾਡੇ ਮਾਪੇ ਸਾਡੇ ਬਜ਼ੁਰਗ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਜਿਹੜੇ ਉਸ ਧਰਨਿਆਂ ਦੇ ਦਿੱਲੀ ਬਾਰਡਰਾਂ ਤੱਕ ਬੈਠੇ ਨੇ ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ ਕਿ ਅਸੀਂ ਉਹਨਾਂ ਨਾਲ ਹਾਂ ਜੇ ਅਸੀਂ ਜਾ ਨਹੀਂ ਸਕਦੇ ਅਸੀਂ ਇਹ ਕਾਲੇ ਦਿਨ ਨੂੰ ਮਨਾ ਕੇ ਕਾਲੀ ਰਾਤ ਲੰਘਾ ਕੇ ਅਸੀਂ ਚਾਹੁੰਦੇ ਹਾਂ ਕੋਈ ਸੈਲੀਬ੍ਰੇਸ਼ਨ ਨਾ ਹੋਵੇ ਅਤੇ ਵਿਦਾਊਟ ਸੈਲੀਬ੍ਰੇਸ਼ਨ ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ ਕਿ ਇਹ ਕਾਲੇ ਕਾਨੂੰਨ ਵਾਪਸ ਹੋਣ ਅਤੇ ਨਵਾਂ ਸਾਲ ਸਾਡੇ ਜਿਹੜਾ ਪੂਰੀ ਹਿਸਟਰੀ ਦੇ ਵਿੱਚ ਜਿਹੜੀ ਲਿਖਿਆ ਜਾ ਰਿਹਾ ਹੈ ਇਹ ਕਾਲੇ ਕਾਨੂੰਨ ਵਾਪਸ ਹੋ ਜਾਣ ਕੀਤਾ ਤੁਸੀਂ ਅੱਜ ਜੀ ਅਸੀਂ ਰੋਸ ਪ੍ਰਦਰਸ਼ਨ ਕੀਤਾ ਹੈ ਸਾਡੇ ਨਾਲ ਯੂਥ ਹੈ ਜੇ ਪੰਜਾਬ ਦੀ ਜੋ ਆਵਾਜ਼ ਹੈ ਅਸੀਂ ਉਹਨਾਂ ਨਾਲ ਹਾਂ ਅਸੀਂ ਜਿਹੜੇ ਮਜ਼ਦੂਰ ਦੇ ਸਾਥੀ ਬੈਠੇ ਨੇ ਅਸੀਂ ਸਾਰੇ ਉਹਨਾਂ ਨਾਲ ਹਾਂ ਜਿੰਨੇ ਵੀਰ ਭਰਾ ਇੱਥੇ ਯੂਥ ਇਕੱਠਾ ਹੋਇਆ ਹੈ ਅਸੀਂ ਸਾਰੇ ਉਹਨਾਂ ਨਾਲ ਹਾਂ ਅਤੇ ਜਿਹਨਾਂ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਪ੍ਰਗਟ ਕਰ ਰਹੇ ਹਾਂ ਕੈਂਡਲ ਚਲਾ ਕੇ ਮੋਮਬੱਤੀਆਂ ਚਲਾ ਕੇ ਅਤੇ ਸ਼ਾਂਤੀ ਰੱਖ ਕੇ ਸ਼ਾਂਤੀਪੂਰਵਕ ਅਸੀਂ ਉਹਨਾਂ ਦੇ ਸਮਰਥਨ ਕਰਦੇ ਹਾਂ।